ਕਾਨਫਰੰਸ ਦੀ ਜਿਹੜਾ ਬੰਦਾ ਤਿਆਰੀ ਨਹੀਂ ਕਰ ਰਿਹਾ ਉਹ ਤਿਆਰੀ ਕਰੇ। ਖਾਲੀ ਉਹ ਹਜ਼ਰਤ ਯੂਸੁਫ ਅਲੈਹਿ ਸਲਾਮ ਦੀ ਵਾਕਈ ਸੁਣਦੇ ਰਹਿੰਦੇ ਹੋ ਨਾ ਜੀ, ਉਹ ਮਾਈ ਵੀ ਟੁਰ ਪਈ ਇਤਨਾ ਸਾਰਾ ਸੂਤਰ ਲੈ ਕੇ, ਕਿਉਂ ਜੀ? ਅਤੇ ਤੁਸੀਂ ਵੀ ਥੋੜ੍ਹਾ ਜਿਹਾ ਇਤਨਾ ਸਾਰਾ ਸੂਤਰ ਲੈ ਕੇ ਨਾ ਕਾਨਫਰੰਸ ਵੱਲ ਚੱਲ ਪਵੋ। ਹਾਂਜੀ, ਕਿਉਂ ਜੀ? ਔਰ ਮਾਈ ਨੇ ਕਿਹਾ ਸੀ ਖਰੀਦਣਾ ਮਕਸਦ ਨਹੀਂ ਹੈ, ਖਰੀਦਾਰਾਂ ਨੇ ਯੂਸੁਫ ਮੇਂ ਨਾਮ ਲਿਖਵਾਉਣਾ ਮਕਸਦ ਹੈ। ਕਿਉਂ ਜੀ? ਕਾਨਫਰੰਸ ਤਾਂ ਹੋਣੀ ਔਰ ਇਨਸ਼ਾਅੱਲਾ ਹੋਣੀ, ਅੱਲਾ ਰਸੂਲ ਦੇ ਫਜ਼ਲੋ ਕਰਮ ਨਾਲ ਹੋਣੀ ਕਾਨਫਰੰਸ ਹੋਣੀ, ਔਰ ਉੱਥੇ ਇਨਸ਼ਾਅੱਲਾ ਨਾਰਾ ਲੱਗਣਾ। ਅਤੇ ਜਿਹਨੇ ਤਿਆਰੀ ਨਹੀਂ ਸ਼ੁਰੂ ਕੀਤੀ ਉਹ ਤਿਆਰੀ ਸ਼ੁਰੂ ਕਰੇ, ਜੇ ਅਜੇ ਤੱਕ ਵੀ ਨਹੀਂ ਕੀਤੀ ਤਾਂ ਫਿਰ ਕਿਹਦਾ ਇੰਤਜ਼ਾਰ ਕਰ ਰਿਹਾ? ਦਿਹਾੜੇ ਤਾਂ ਰਹਿ ਗਏ ਸੱਤ, ਜੁਮਾ ਤਾਂ ਲੰਘ ਗਿਆ, ਕਿਉਂ ਦਿਹਾੜੇ ਤਾਂ ਹਫ਼ਤੇ ਨੂੰ ਤਾਂ ਹੋਣੀ ਇਨਸ਼ਾਅੱਲਾ, ਅਤੇ ਪੂਰੀ ਆਬੋ ਤਾਬ ਨਾਲ ਨਾਰੇ ਲਾਉਂਦੇ ਆਉਣਾ ਅਤੇ ਅਮਨ ਅਤੇ ਸਕੂਨ ਵਾਲਾ ਆਉਣਾ। ਬਸ ਇੱਕ ਨਾਰਾ ਹੀ ਕਾਫੀ ਹੈ, ਬਸ ਇੱਕ ਨਾਰਾ ਹੀ ਕਾਫੀ ਹੈ ਪੂਰੀ ਦੁਨੀਆ ਕੋ ਹਿਲਾਨੇ ਕੇ ਲੀਏ। ਹਰ ਬੰਦਾ ਆਪਣੀ ਹੱਦ ਮੇ ਰਹੇ, ਆਪਣੀ ਹੱਦ ਸੇ ਤਜਾਵਜ਼ ਮਤ ਕਰੇ। ਜੋ ਦਰੀਆਂ ਵਿਛਾਣੇ ਵਾਲਾ ਵੋ ਦਰੀਆਂ ਵਿਛਾਏ ਜੀ, ਜਿਸਨੇ ਪਾਣੀ ਪਿਲਾਣਾ ਵੋ ਪਾਣੀ ਪਿਲਾਏ। ਸਟੇਜ ਕੇ ਪਿੱਛੇ ਮੇਰੀ ਕੁਰਸੀ ਕੇ ਪਿੱਛੇ ਅਗਰ ਖੜੇ ਹੋਣੇ ਕਾ ਕੋਈ ਮਾਨਾ ਨਹੀਂ। ਜਿਸ ਕਾ ਅਮਲ ਬੇਗਰਜ਼ ਹੈ ਉਸਕੀ ਜਜ਼ਾ ਕੁਛ ਔਰ ਹੈ। ਹਾਂਜੀ, ਆਪ ਕਾਮ ਕਰੇ, ਜਿਨ ਕਾ ਕਾਮ ਕਰ ਰਹੇ ਵੋ ਆਪਕੋ ਨੀਚੇ ਦਰੀਆਂ ਵਿਛਾਤੇ ਹੋਏ ਨਹੀਂ ਦੇਖ ਰਹੇ, ਸਟੇਜ ਪਰ ਕੋਈ ਜ਼ਿਆਦਾ ਦੇਖਤੇ। ਆਪ ਕਾਮ ਕਰੇ, ਮਹਿਮਾਨੋ ਕੋ ਖਾਣਾ ਖਿਲਾਏ ਤੋ ਵੋ ਦੇਖ ਨਹੀਂ ਰਹੇ ਕਿ ਮੇਰੀ ਕਾਨਫਰੰਸ ਪਰ ਆਨੇ ਵਾਲੇ ਮਹਿਮਾਨੋ ਕੋ ਯੇ ਖਾਣਾ ਖਿਲਾ ਰਹਾ ਹੈ, ਯੇ ਇਨਕੋ ਪਾਣੀ ਪਿਲਾ ਰਹਾ ਹੈ, ਯੇ ਇਨਕੀ ਰਹਿਨੁਮਾਈ ਕਰ ਰਹਾ ਹੈ ਕਿ ਆਪ ਇਧਰ ਸੇ ਹੋਕਰ ਵੋ ਉਧਰ ਚਲੇ ਜਾਏ। ਕਿਉਂ ਜੀ? ਆਪ ਕਰ ਰਹੇ ਕਿ ਜਨਾਬ ਵਜ਼ੂ ਕੀ ਜਗ੍ਹਾ ਯਹਾਂ ਬਣੀ ਹੋਈ ਹੈ, ਤਹਾਰਤ ਕੀ ਜਗ੍ਹਾ ਯਹਾਂ ਬਣੀ ਹੋਈ ਹੈ, ਰੋਟੀ ਯਹਾਂ ਖਿਲਾਈ ਜਾ ਰਹੀ ਹੈ, ਔਰ ਅਗਰ ਜਲਸਾ ਸੁਣਨਾ ਹੈ ਤਾਂ ਫਿਰ ਵਹਾਂ ਚਲੇ ਜਾਏ। ਜੇ ਕੋਈ ਸਖਤ ਬਾਤ ਵੀ ਕਰਦੇ, ਮੁਸਾਫਿਰ ਹਨ, ਬੜੇ ਬੜੇ ਦੂਰੋਂ ਲੋਕਾਂ ਨੇ ਆਉਣਾ, ਜੇ ਉਹ ਕੋਈ ਡਾਂਟ ਵੀ ਦੇਵੇ ਤਾਂ ਉਹਨੂੰ ਕਹਾ ਜਨਾਬ ਅੱਜ ਚੰਡ ਵੀ ਮਾਰ ਦਿਓਗੇ ਤੇ ਅਸੀਂ ਮੇਜ਼ਬਾਨ ਹਾਂ। ਹਜ਼ੂਰ ਨੇ ਫਰਮਾਇਆ ਮਨ ਕਾਨ ਯੋਮਿਨ ਬਿੱਲਾਹ ਵਲ ਯੋਮਿਲ ਆਖਿਰ ਫਲ ਯੁਕਰਮ ਦਾਫਹੁ। ਹਜ਼ੂਰ ਨੇ ਫਰਮਾਇਆ ਜੋ ਅੱਲਾਹ ਔਰ ਕਿਆਮਤ ਪਰ ਈਮਾਨ ਰੱਖਤਾ ਹੈ ਵੋ ਆਪਣੇ ਮਹਿਮਾਨ ਕੀ ਇੱਜ਼ਤ ਕਰੇ। ਵੈਸੇ ਅਹਿਲੇ ਲਾਹੌਰ ਤੋਂ ਸਾਰੇ ਮੇਜ਼ਬਾਨ ਹੈ। ਕਿਉਂ ਜੀ? ਹਾਂ, ਅਹਿਲੇ ਲਾਹੌਰ ਸਾਰੇ ਮੇਜ਼ਬਾਨ ਹੈ, ਔਰ ਬਾਹਰ ਸੇ ਆਨੇ ਵਾਲੇ ਲੋਕੋ ਕੋ ਪਤਾ ਚਲੇ ਯਾਰ ਸੁਣਦੇ ਸੀ ਲਾਹੌਰ ਪਾਕਿਸਤਾਨ ਦਾ ਦਿਲ ਏ। ਵਾਹ ਵਾਹ ਵਾਹ, ਇਹ ਕਮਾਲ ਲੋਕ ਹਨ ਯਾਰ, ਇਹ ਦਾਦਾ ਸਾਹਿਬ ਦੇ ਮੁਜਾਵਿਰ ਕੈਸੇ ਲੋਕ ਹਨ, ਦਾਦਾ ਸਾਹਿਬ ਦੇ ਗੁਲਾਮ ਕੈਸੇ ਲੋਕ ਹਨ। ਇਹ ਲਾਹੌਰ ਫਿਰ ਵਾਪਸ ਜਾ ਕਵੇ ਲਾਹੌਰ ਲਾਹੌਰ ਹੀ।